ਪੰਜਾਬ ਭਰ ਦੇ ਤਹਿਸੀਲਦਾਰਾਂ ਦੇ ਵੱਲੋਂ ਕੱਲ੍ਹ ਕੀਤੀ ਜਾਣ ਵਾਲੀ ਹੜਤਾਲ ਵਾਪਸ ਲੈ ਲਈ ਗਈ ਹੈ। ਮੰਤਰੀ ਬ੍ਰਹਮ ਸ਼ੰਕਰ ਜਿੰਪਾ ਦੇ ਵੱਲੋਂ ਐਸੋਸੀਏਸ਼ਨ ਦੇ ਨਾਲ ਮੀਟਿੰਗ ਕੀਤੀ ਹੈ, ਥੋੜ੍ਹੀ ਦੇਰ ਪਹਿਲਾਂ ਹੀ ਮੀਟਿੰਗ ਹੋਈ ਹੈ, ਇਹਨਾਂ ਜਿਹੜੇ ਤਹਿਸੀਲਦਾਰ ਨੇ ਇਹਨਾਂ ਦੇ ਨਾਲ ਮੀਟਿੰਗ ਹੋਈ ਹੈ ਅਤੇ ਮੀਟਿੰਗ ਦੇ ਵਿੱਚ ਦੋਹਾਂ ਵਿਚਾਲੇ ਸਹਿਮਤੀ ਬਣ ਗਈ ਹੈ, ਸਹਿਮਤੀ ਦੇ ਚੱਲਦਿਆਂ ਹੀ ਹੜਤਾਲ ਵਾਪਸ ਲੈ ਲਈ ਗਈ ਹੈ। ਦਰਅਸਲ ਰੰਗਲਾ ਪੰਜਾਬ 'ਚ ਬਣਾਉਣਾ, ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ। 96% ਲੋਕ ਜਿਹੜੇ ਨੇ ਉਹ ਮੁਹੱਲਾ ਕਲੀਨਿਕਾਂ 'ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ। ਸਰਕਾਰੀ ਹਸਪਤਾਲਾਂ 'ਤੇ ਬਰਡਨ ਬਹੁਤ ਘੱਟ ਗਿਆ। ਮੁਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ, ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਜ਼ ਦਿੱਤੀਆਂ ਹੋਈਆਂ ਸਰਕਾਰ ਵੱਲੋਂ। 2 ਹਫ਼ਤੇ ਤੋਂ ਖੰਘ ਨੇ ਬਹੁਤ ਪਰੇਸ਼ਾਨ ਕਰਿਆ ਅਤੇ ਜੀ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦਵਾਈ ਲੈਂਦਾ ਰਿਹਾ, ਫਿਰ ਇੱਥੇ ਆ ਕੇ ਲਿੱਤੀ ਜੀ, ਟੈਸਟ ਫ੍ਰੀ ਹੋਇਆ, ਇੱਥੋਂ ਮੈਂ ਠੀਕ ਹੋ ਗਿਆ, ਹੁਣ ਮੈਂ ਠੀਕ ਹਾਂ ਬਿਲਕੁਲ। ਸ਼ਾਨਦਾਰ ਮੁਹੱਲਾ ਕਲੀਨਿਕ ਹੈ, ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਹੈ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ, ਜਿੱਥੇ ਦਵਾਈ ਲੈਣੀ ਹੈ ਉੱਥੇ ਤੱਕ ਕੰਪਿਊਟਰ 'ਚ ਪਹੁੰਚ ਜਾਂਦੀ ਹੈ, ਟੋਟਲ ਪੇਪਰਲੈਸ ਹੈ। ਮਾਨ ਸਾਹਿਬ ਨੇ ਬਹੁਤ ਵਧੀਆ ਉਪਰਾਲਾ ਕੀਤਾ, ਵਧੀਆ ਕੰਮ ਕਰਿਆ ਸਰਕਾਰ ਨੇ, ਗਰੀਬਾਂ ਦਾ ਭਲਾ ਕਰਤਾ। ਪੰਜਾਬੀ 'ਚ ਕਿਹਾ ਜਾਂਦਾ ਬਾਕੀ ਦੇ ਕੰਮ ਬਾਅਦ 'ਚ, ਪਹਿਲਾਂ ਸਿਹਤ ਜ਼ਰੂਰੀ ਹੈ। ਸੋ ਅਸੀਂ ਜਦੋਂ ਸਹੁੰ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟੌਪ ਕਲਾਸ ਦਾ ਇਲਾਜ ਹੋਵੇ। ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ, ਔਰ ਮੈਂ ਕੋਈ ਆਸਾਨ ਨਹੀਂ ਕਰ ਰਿਹਾ ਤੁਹਾਡੇ 'ਤੇ, ਮੇਰਾ ਫਰਜ਼ ਹੈ ਜੀ। ਅਗਸਤ ਨੂੰ ਯਾਨੀ ਰੱਖੜੀ ਵਾਲੇ ਦਿਨ ਤਹਿਸੀਲਦਾਰਾਂ ਦੇ ਵੱਲੋਂ, ਨਾਲ ਹੀ ਮਾਲ ਅਧਿਕਾਰੀਆਂ ਅਤੇ ਨਾਇਬ ਤਹਿਸੀਲਦਾਰਾਂ ਦੇ ਵੱਲੋਂ ਹੜਤਾਲ 'ਤੇ ਜਾਣ ਦੀ ਜਿਹੜਾ ਐਲਾਨ ਕੀਤਾ ਗਿਆ ਸੀ, ਸਮੂਹਿਕ ਛੁੱਟੀ ਦਾ ਐਲਾਨ ਜਿਹੜਾ ਇਹਨਾਂ ਦੇ ਵੱਲੋਂ ਕੀਤਾ ਗਿਆ ਸੀ, ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਪਰ ਇਸੇ ਤੋਂ ਇੱਕ ਦਿਨ ਪਹਿਲਾਂ ਹੀ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਜਿਨ੍ਹਾਂ ਦੇ ਵੱਲੋਂ ਇਹਨਾਂ ਦੇ ਨਾਲ ਬੈਠ ਕੇ ਮੀਟਿੰਗ ਕੀਤੀ ਗਈ ਹੈ, ਵਿਚਾਰ ਚਰਚਾ ਕੀਤੀਆਂ ਗਈਆਂ, ਇਹਨਾਂ ਦੀਆਂ ਸਾਰੀਆਂ ਮੰਗਾਂ ਸੁਣੀਆਂ ਗਈਆਂ ਅਤੇ ਮੰਗਾਂ ਸੁਣਨ ਦੇ ਬਾਅਦ ਹੀ ਜਿਹੜੀ ਵਿਚਾਰ ਚਰਚਾ ਹੋਈ ਹੈ ਉਹਦੇ ਵਿੱਚ ਸਹਿਮਤੀ ਬਣੀ ਹੈ। ਸਹਿਮਤੀ ਦੇ ਚੱਲਦਿਆਂ ਹੀ ਇਹਨਾਂ ਦੇ ਵੱਲੋਂ ਹੜਤਾਲ 'ਤੇ ਜਾਣ ਦਾ ਫੈਸਲਾ ਵਾਪਸ ਲੈ ਲਿਆ ਗਿਆ। ਦੱਸ ਦੇ ਕਿ ਜਦੋਂ ਐਲਾਨ ਕੀਤਾ ਗਿਆ ਤਾਂ ਕਿਹਾ ਗਿਆ ਸੀ ਕਿ 19 ਅਗਸਤ ਨੂੰ ਯਾਨੀ ਸੋਮਵਾਰ ਤੋਂ ਮਾਲ ਅਫਸਰ, ਤਹਿਸੀਲਦਾਰ ਅਤੇ ਨਾਇਬ ਤਹਿਸੀਲਦਾਰ ਸਮੂਹਕ ਛੁੱਟੀ 'ਤੇ ਜਾ ਰਹੇ ਹਾਂ, ਜਿਸ ਦੇ ਚੱਲਦਿਆਂ ਆਮ ਲੋਕਾਂ ਨੂੰ ਰਜਿਸਟਰੀਆਂ ਕਰਵਾਉਣ ਦੇ ਵਿੱਚ ਕਾਫੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਇਸ ਸੰਬੰਧੀ ਪੰਜਾਬ ਰੈਵਨਿਊ ਆਫਿਸਰ ਐਸੋਸੀਏਸ਼ਨ ਦੇ ਪ੍ਰਧਾਨ ਵੱਲੋਂ ਐਲਾਨ ਕੀਤਾ ਗਿਆ ਸੀ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜਿਹੜੀਆਂ ਮੰਗਾਂ ਰਹਿ ਗਈਆਂ, ਜਿਹੜੀਆਂ ਬਕਾਇਆ ਮੰਗਾਂ ਹੈ, ਉਸ ਨੂੰ ਲੈ ਕੇ ਹੀ ਵਿਰੋਧ ਕੀਤਾ ਜਾ ਰਿਹਾ, ਕਿਉਂਕਿ ਉਹਨਾਂ ਦੀਆਂ ਮੰਗਾਂ 'ਤੇ ਗੌਰ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚੱਲਦਿਆਂ ਹੀ ਉਹਨਾਂ ਨੇ ਅਜਿਹਾ ਫੈਸਲਾ ਲਿਆ, ਸਮੂਹਿਕ ਛੁੱਟੀ 'ਤੇ ਜਾਣ ਦਾ ਫੈਸਲਾ ਲਿਆ। ਇਸੇ ਕਰਕੇ ਹੀ ਉਹਨਾਂ ਦੇ ਵੱਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਅਤੇ 19 ਅਗਸਤ ਤੋਂ ਹੀ ਸਮੂਹਿਕ ਛੁੱਟੀ 'ਤੇ ਯਾਨੀ ਹੜਤਾਲ 'ਤੇ ਜਾਣ ਦਾ ਇਹਨਾਂ ਦੇ ਵੱਲੋਂ ਐਲਾਨ ਕੀਤਾ ਗਿਆ ਸੀ। ਪਰ ਉਸ ਤੋਂ ਇੱਕ ਦਿਨ ਪਹਿਲਾਂ, ਜਿਹੜੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਸਕਰੀਨ 'ਤੇ, ਉਸ ਤੋਂ ਇੱਕ ਦਿਨ ਪਹਿਲਾਂ ਹੀ ਅੱਜ ਬ੍ਰਹਮ ਸ਼ੰਕਰ ਜਿੰਪਾ ਮੰਤਰੀ ਦੇ ਵੱਲੋਂ ਇਹਨਾਂ ਦੇ ਨਾਲ ਬੈਠ ਕੇ ਗੱਲਬਾਤ ਕੀਤੀ ਗਈ ਹੈ। ਚੰਡੀਗੜ੍ਹ ਦੇ ਵਿੱਚ ਐਸੋਸੀਏਸ਼ਨ ਦੇ ਅਹੁਦੇਦਾਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ। ਇਸ ਦੌਰਾਨ ਜਿੱਥੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਮੌਜੂਦ ਰਹੇ ਤਾਂ ਵਿੱਤ ਕਮਿਸ਼ਨਰ KAP ਸਿਨਹਾ ਵੀ ਮੌਜੂਦ ਰਹੇ ਨੇ ਇਸ ਮੀਟਿੰਗ ਦੇ ਵਿੱਚ, ਜਿਨ੍ਹਾਂ ਨੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਹੈ ਕਈ ਮੰਗਾਂ ਨੂੰ ਲੈ ਕੇ, ਕਿਉਂਕਿ ਇਸ ਤੋਂ ਪਹਿਲਾਂ ਵੀ ਤਹਿਸੀਲਦਾਰ ਹੜਤਾਲ 'ਤੇ ਚੱਲ ਰਹੇ, ਕੁਝ ਦੇਰ ਪਹਿਲਾਂ ਯਾਨੀ ਕੁਝ ਮਹੀਨੇ ਪਹਿਲਾਂ ਵੀ ਤਹਿਸੀਲਦਾਰ ਜਿਹੜੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ 'ਤੇ ਰਹੇ ਸੀ ਅਤੇ ਉਸ ਦੌਰਾਨ ਵੀ
ਪੰਜਾਬ ਸਰਕਾਰ ਦੇ ਨੁਮਾਇੰਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਉਹ ਹੜਤਾਲ ਵਾਪਸ ਲਈ ਗਈ ਸੀ। ਕਈ ਮੰਗਾਂ ਜਿਹੜੀਆਂ ਉਹ ਮੰਨ ਲਈਆਂ ਗਈਆਂ ਸੀ ਤੇ ਐਸੋਸੀਏਸ਼ਨ ਦਾ ਕਹਿਣਾ ਕਿ ਜਿਹੜੀਆਂ ਬਕਾਇਆ ਮੰਗਾਂ ਰਹਿ ਗਈਆਂ ਨੇ ਉਹਨਾਂ ਮੰਗਾਂ ਦੇ ਉੱਪਰ ਗੌਰ ਨਹੀਂ ਕੀਤਾ ਜਾ ਰਿਹਾ, ਜਿਸ ਦੇ ਚਲਦਿਆਂ ਉਹਨਾਂ ਦੇ ਵੱਲੋਂ ਇਹ ਐਲਾਨ ਕੀਤਾ ਗਿਆ। ਪਰ ਅੱਜ ਮੰਤਰੀ ਬ੍ਰਹਮਸ਼ੰਕਰ ਜਿੰਪਾ ਦੇ ਵੱਲੋਂ ਇਹਨਾਂ ਦੇ ਨਾਲ ਮੀਟਿੰਗ ਕਰਕੇ ਜਾਇਜ਼ ਮੰਗਾਂ ਮੰਨਣ ਦਾ ਭਰੋਸਾ ਦਿੱਤਾ ਗਿਆ। ਇਸੇ ਭਰੋਸੇ ਤੋਂ ਬਾਅਦ ਹੜਤਾਲ ਜਿਹੜੀ ਵਾਪਸ ਲੈ ਲਈ ਗਈ ਹੈ। ਪਰ ਇਸ ਦੌਰਾਨ ਕੀ ਕੁਝ ਗੱਲਬਾਤ ਹੋਈ ਹੈ ਮੀਟਿੰਗ ਦੇ ਵਿੱਚ ਉਹ ਤੁਹਾਨੂੰ ਸੁਣਾ ਦਿੰਦੇ ਆ। ਕੱਲ ਦਾ ਫਰਜ਼ ਕਰ ਲਓ ਬਿਆਨੇ ਲਾ ਪੰਜਾਬ ਰੈਵਨਿਊ ਆਫੀਸਰ ਐਸੋਸੀਏਸ਼ਨ ਜਿਹੜੀ ਹੈਗੀ ਹੈ ਉਹਨਾਂ ਨਾਲ ਮੀਟਿੰਗ ਜਿਹੜੀ ਆ ਆਲਰੇਡੀ ਸਾਡੀ ਅੱਜ ਤੋਂ ਤਕਰੀਬਨ ਪਿਛਲੇ 16-17 ਤਰੀਕ ਉਹਦੇ ਵਿੱਚ ਸਾਡੇ ਬਹੁਤ ਸਾਰੇ ਮੁੱਦਿਆਂ ਦੇ ਬੜਾ ਅੱਛਾ ਡਿਸਕਸ਼ਨ ਹੋਇਆ ਸੀ ਔਰ ਹੈਲਦੀ ਵੇ ਨਾਲ ਹੋਇਆ ਸੀ ਔਰ ਉਹ 'ਤੇ ਬਹੁਤ ਸਾਰੇ ਫੈਸਲੇ ਆਲਰੇਡੀ ਲੈ ਚੁੱਕੇ ਸੀ। ਲੇਕਿਨ ਆਫਿਸ ਦੇ ਵਿੱਚੋਂ ਉਹ ਜਿਹੜੀਆਂ ਚਿੱਠੀਆਂ ਜਾਰੀ ਹੋਣ ਦੇ ਵਿੱਚ ਥੋੜ੍ਹੀ ਦੇਰੀ ਹੋਈ ਹੈ, ਲੇਕਿਨ ਉਹਨਾਂ ਨੂੰ FCR ਸਾਹਿਬ ਬੈਠੇ ਆ, ਕੈਪਟਨਾ ਸਾਹਿਬ ਔਰ ਐਸੋਸੀਏਸ਼ਨ ਦੇ ਪ੍ਰਧਾਨ ਜੀ, ਸੈਕਟਰੀ ਸਾਹਿਬ ਔਰ ਮੈਡਮ ਦੀ ਸਾਰੀ ਬੋਡੀ ਬੈਠੀ ਹੈ ਔਰ ਡੈਫੀਨੇਟਲੀ ਹੈ ਵੀ ਇਹਨੂੰ ਕੱਲ੍ਹ ਦੇ ਕੱਲ੍ਹ ਤੁਰੰਤ ਜਿਹੜੇ ਆਰਡਰ ਹੈ ਉਹ ਹੋ ਜਾਣੇ ਹੈ ਔਰ ਕੋਈ ਵੀ ਇੱਦਾਂ ਦਾ ਇਸ਼ੂ ਸਾਡਾ ਪੈਂਡਿੰਗ ਨਹੀਂ ਹੈਗਾ। ਜਿਹੜਾ ਹੈਗਾ ਉਹਦੇ ਵੀ FCR ਸਾਹਿਬ ਵਿਚਾਰ ਕਰ ਰਹੇ ਆ, ਬੜੀ ਹੈਲਦੀ ਡਿਸਕਸ਼ਨ ਹੋਈ ਹੈ ਔਰ ਜਿਹੜੀ ਸਟ੍ਰਾਈਕ ਦੀ ਕਾਲ ਸੀਗੀ ਮੇਰੇ ਲਿਹਾਜ਼ ਨਾਲ ਇਹਨਾਂ ਦੇ ਪਹਿਲਾਂ ਕਰ ਲਈ, ਸਾਡੀ ਕੱਲ੍ਹ ਵੀ ਗੱਲ ਹੋਈ ਸੀ ਉਹਨਾਂ FCR ਸਾਹਿਬ ਨੇ, ਇਹਨਾਂ ਨੇ ਕੱਲ੍ਹ ਵੀ ਗੱਲ ਕੀਤੀ ਸੀ ਔਰ ਅਸੀਂ ਕਹਿ ਸੀ ਇਹਨਾਂ ਨੇ ਵਰਬਲੀ ਮੰਨਿਆ ਸੀ ਵੀ ਅਸੀਂ ਇਹਨੂੰ ਵਿਦਡਰੋਅ ਕਰਾਂਗੇ, ਲੇਕਿਨ ਸਾਡੀਆਂ ਕੋਈ ਡਿਮਾਂਡਸ ਉਹ ਉਸਦਾ ਜਿਹੜਾ ਕਮਿਊਨੀਕੇਸ਼ਨ ਗੈਪ ਸੀ ਉਹ ਕਲੀਅਰ ਹੋ ਗਿਆ ਔਰ ਅੱਜ ਜਿਹੜਾ ਹੈ ਹੁਣ ਇਹ ਜਿਹੜੀ ਸਟ੍ਰਾਈਕ ਆ ਕੱਲ੍ਹ ਨਹੀਂ ਹੋਣੀ ਹੈ ਔਰ ਜਿਹੜੀਆਂ ਇਹਨਾਂ ਦੀਆਂ ਡਿਮਾਂਡਸ ਆ ਇਹ ਸਾਡਾ ਰੈਵਨਿਊ ਜਿਹੜਾ ਹੈ ਉਹ ਇੱਕ ਐਸਾ ਮਹਿਕਮਾ ਹੈ ਜਿਹਦਾ ਸਰਕਾਰ ਦਾ ਸਰਕਾਰ ਨੂੰ ਫੰਡਸ ਵੀ ਆਉਂਦੇ, ਲੋਕਾਂ ਦੇ ਮੈਕਸੀਮਮ ਮਸਲੇ ਉਹਦੇ ਨਾਲ ਜੁੜੇ ਹੁੰਦੇ ਔਰ ਉਹਦੇ ਵਿੱਚ ਅਸੀਂ ਇਹ ਵੀ ਦੇਖਿਆ ਵੀ ਇਹਨਾਂ ਦੇ ਜਿਹੜੇ ਸੇਫਟੀ ਪੁਆਇੰਟ ਹੈ ਜਿਹੜੇ ਅਫਸਰ ਦੀਆਂ ਗੱਲਾਂ ਸਾਡੇ ਧਿਆਨ 'ਚ ਲੈ ਕੇ ਆਉਂਦੀਆਂ, ਅਸੀਂ ਉਹਨਾਂ ਨੂੰ ਵੀ ਤੁਰੰਤ ਪੂਰਾ ਕਰ ਦਿੰਦੇ, ਇਹਨਾਂ ਦੀ ਵੀ ਪਰਮਿਸ਼ਨ ਲੈ ਲਾਂਗੇ। ਸਾਡੀ ਅੱਜ ਬੜੀ ਮਾਨਯੋਗ ਸਾਡੇ ਰੈਵਨਿਊ ਮਿਨਿਸਟਰ ਸਾਹਿਬ, ਸਾਡੇ FCR ਸਾਹਿਬ, ਸਾਡੇ ਕੈਪਟਨ ਸਾਹਿਬ, ਉਹਨਾਂ ਨਾਲ ਸਾਡੇ ਨੁਮਾਇੰਦੇ ਆ ਸੈਕਟਰੀ ਸਾਹਿਬ ਆ, ਸਾਡੇ ਹੋਰ ਜਿਹੜੇ ਨੁਮਾਇੰਦੇ ਸਾਡੇ ਆਏ ਹੈਗੇ ਐਸੋਸੀਏਸ਼ਨ ਦੇ, ਅੱਜ ਬੜੀ ਹੈਲਦੀ ਡਿਸਕਸ਼ਨ ਨਾਲ ਸਾਡਾ ਇਹ ਮਸਲਾ ਠੀਕ ਹੈ। ਸਾਹਿਬ ਨੇ ਕਿਹਾ ਵੀ ਤੁਹਾਨੂੰ ਮੰਡੇ ਤੱਕ ਸਾਰੇ ਜਿਹੜੇ ਆਰਡਰ ਪਹਿਲਾਂ ਵੀ ਹੋਏ ਸੀ ਪਹਿਲਾਂ ਡਿਸਾਈਡ ਹੋ ਚੁੱਕੇ ਸੀ, ਜਿਹੜੀਆਂ 4 ਸੀਟਾਂ ਡਰੋਪ ਹੋ ਗਈਆਂ, ਬਾਕੀ ਜਿਹੜੀਆਂ 4 ਸੀਟਾਂ ਕੁਛ ਰਹਿ ਗਈਆਂ ਉਹ ਸਾਰਾ ਕਹਿੰਦੇ ਵੀ ਮੈਂ ਉਹਨਾਂ ਨੂੰ ਮਤਲਬ ਬੜੇ ਤਰੀਕੇ ਨਾਲ ਉਹਦਾ ਮਸਲਾ ਹੱਲ ਕਰਕੇ ਉਹ ਅਸੀਂ ਡਰੋਪ ਕਰ ਦਿਆਂਗੇ ਅਤੇ ਬਾਕੀ ਜਿਹੜੀ ਅਸੀਂ ਜਿਹੜੀ ਕਾਲ ਆ ਗਈ ਉਹ ਅਸੀਂ ਹੁਣ ਵਾਪਸ ਲਵਾਂਗੇ, ਸੋਮਵਾਰ ਅਸੀਂ ਬੰਦਾ ਜਾਊਂਗਾ ਅਤੇ ਅਸੀਂ ਬਾਕੀ ਜਿਹੜੇ ਸਾਡੀਆਂ ਚਿੱਠੀਆਂ ਸਾਨੂੰ ਉਹ ਨਹੀਂ ਜਾਰੀ ਹੋਈਆਂ ਸੀ ਉਹ ਸਰ ਕਹਿੰਦੇ ਕੱਲ੍ਹ ਤੱਕ ਜਾਰੀ ਹੋ ਜਾਣਗੀਆਂ। ਪੈਂਡਿੰਗ ਚੀਜ਼ਾਂ ਬਹੁਤ ਪਈਆਂ ਨੇ, ਕਿਸੇ ਦਾ ਕੱਲ ਦਾ ਫਰਜ਼ ਕਰ ਲਓ ਬਿਆਨੇ ਲਾਸਟ ਡੇ, ਸੋ ਇਹਨਾਂ ਨੇ ਸਾਡੇ ਨਾਲ ਬੜਾ ਅੱਛਾ ਐਸੋਸੀਏਸ਼ਨ ਹਮੇਸ਼ਾ ਸਹਿਯੋਗੀ ਹੈ, ਇੱਦਾਂ ਦੀ ਕੋਈ ਗੱਲ ਨਹੀਂ, ਸਾਡਾ ਕੋਈ ਮੈਟਰ ਆਪਣਾ ਪਰਿਵਾਰ ਹੈ, ਮੈਂ ਤਾਂ ਕਹਿੰਦਾ ਜਿੰਨੇ ਕਰ ਅਸੀਂ ਮਹਿਕਮੇ ਦੇਖਦੇ ਪਏ ਹਾਂ। ਸੋ ਮੇਰੇ ਲਿਹਾਜ਼ ਨਾਲ ਕੱਲ੍ਹ ਲੋਕਾਂ ਨੂੰ ਮੈਂ ਇੱਕ ਮੈਸੇਜ ਲਾ ਰਿਹਾ ਵੀ ਕੱਲ੍ਹ ਤਹਿਸੀਲਾਂ 'ਚ ਜਿਹੜਾ ਵਰਕਿੰਗ ਆਵਰ ਹੈ ਉੱਦਾਂ ਹੀ ਹੋਵੇ, ਸੋ ਕਿਉਂਕਿ ਮਾਨਯੋਗ CM ਭਗਵੰਤ ਮਾਨ ਜੀ ਦਾ ਵੀ ਇਹ ਸਾਨੂੰ ਦਿਸ਼ਾ ਨਿਰਦੇਸ਼ ਸੀਗਾ ਵੀ ਕਿਸੇ ਕੱਲ੍ਹ ਦੇ ਅੱਜ ਜਿਹੜਾ ਹੈਗਾ ਇਹਨਾਂ ਨੇ ਬਹਿ ਕੇ ਮੈਟਰ ਨੂੰ ਸੁਲਝਾਇਆ ਜਾਵੇ ਔਰ ਮੈਂ ਮੁੱਖ ਮੰਤਰੀ ਜੀ ਵੱਲੋਂ ਅੱਜ ਜਿਹੜੀ ਮੇਰੀ ਮੀਟਿੰਗ ਇਹਨਾਂ ਨਾਲ ਕੀਤੀ ਹੈ ਔਰ ਇਹਦਾ ਬੜਾ ਅੱਛਾ ਰਿਜ਼ਲਟ ਆਇਆ। ਸੋ ਕੱਲ੍ਹ ਦੀ ਮੈਂ ਲੋਕਾਂ ਦੇ ਵਿੱਚ ਇਹ ਮੈਸੇਜ ਹੈ ਕਿ ਕੱਲ੍ਹ ਤਹਿਸੀਲਾਂ 'ਚ ਵਰਕਿੰਗ ਉੱਦਾਂ ਹੀ ਹੋਏ।
देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।